ਬਹੁਤ ਅੱਛੇ ਸਾਰੀਆਂ ਇੱਥੇ ਖਿਲਾਰੀਆਂ ਜੇ ਉਹ ਕਿੱਥੋਂ ਲਈ ਆਉਂਦੇ ਹੋ ਕਿੱਥੇ ਟਰੱਕ ਸਟਾਇਆ ਜੇ ਇਹ ਸੋਹਣੀਆਂ ਕੁੜੀਆਂ ਆਪ ਖਿਲਾਰੀਆਂ ਮੈਨੂੰ ਅੰਦਰ ਤੱਪੜ ਜੀ ਫੜਾਈ ਤੁਸੀਂ ਉਹ ਮੈਨੂੰ ਅੰਦਰ ਬੈਠੀ ਕਹੀ ਜਾਂਦੀ ਜਾਨੂੰ ਇੱਥੇ ਹੱਥ ਰੱਖ ਕੇ ਕਰ ਚਰ 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 ਔਰ ਇਹ ਕੋਈ ਮਜ਼ਾਕ ਦੀ ਗੱਲ ਨਹੀਂ ਕਰ ਰਿਹਾ ਸੀਰੀਅਸ ਮੈਂ ਵੇਖਿਆ ਝਾਤੀ ਮਾਰ ਕੇ ਇਹਦੇ ਢਿੱਡ ਤੋਂ ਕਮੀਜ਼ ਚੋ ਕੇ ਧੁਨੀ ਤੇ ਪੁੜਪੜੇ ਕੱਢਣ ਲਈ ਟਰ ਇਧਰਲੇ ਬੰਦੇ ਨੂੰ ਐ ਕਰਕੇ ਅੱਖ ਮਾਰੇ ਨਾ ਇਧਰਲਾ ਬੰਦਾ ਵੇਖ ਲੈਂਦਾ ਵਿੱਚ ਨੱਕ ਹੀ ਨੀ ਹੈਗਾ ਸ਼ੁਕਰ ਕਰ ਤੈਨੂੰ ਨੱਕ ਨੀ ਹੈਗਾ ਸਾਲਿਆ ਅੱਲਾ ਨੇ ਇੱਜ਼ਤ ਦੇਤੀ ਨਾਲ ਚਾਰ ਪੈ ਇੱਥੇ ਨਹੀਂ ਤੇ ਤੂੰ ਮੰਡੀ ਬੱਕਰੀ ਦੀ ਪੁੱਛਣਾ ਚੁੱਕ ਚੁੱਕ ਫੂਕਾ ਮਾਰਨ ਡਿਆ ਹੁਣ ਅਸਾਂ ਤਾਂ ਫਿਰ ਸਹੀ ਦੱਸ ਠੰਡ ਪੈਂਦੀ ਸੀ ਸੇਤ ਦੇਖੋ ਸੇਤ ਦੇਖੋ ਕੁੜੀਆਂ ਨੂੰ ਛੇੜਨਾ ਸ਼ਰਮ ਕਰ ਤੂੰ ਤੇ ਬਲੀਮਾ ਨਹੀਂ ਕੱਢਣਾ ਉਹ ਚੜਦੇ ਤੁਸੀਂ ਸੇਤ ਨੂੰ ਹਾਂ ਤੁਸੀਂ ਮਸੂਮ ਹੋ ਮੈਂ ਤੇਰੇ ਗਾਣੇ ਵੇਖ ਵੇਖ ਬੱਟ ਮਰਨ ਵਾਲਾ ਹੋਇਆ ਪਹਿਲੇ ਮੈਨੂੰ ਕੁੜਤਾ ਫਸਦਾ ਸੀ ਹੁਣ ਵੇਖੋ ਤੇ ਤੂੰ ਮਰਨ ਆਇਆ ਤੇ ਅਸੀਂ ਕਿਹੜੀ ਤਲਵਾਰ ਚੁੱਕ ਕੇ ਫਿਰਨ ਡਏ अच्छा की खबर छपी सीन अकेली खेतों में जा रही थी नून ने पकड़ के ऐन गैन कर दिया तेन की होया ऐन गैन किया हूं सह भी ना लिये यार चल उठ जा मैनू क्यों तोए तोए विखाई जाता तेरा मेरा भी तराह कर दी ਡਾਕੂ ਤੇਰੇ ਮਗਰ ਲੱਗੇ ਦਸ ਬਸ ਤੇ ਵਿੱਚ ਘੋੜੇ ਵੀ ਗਿਣ ਤੂੰ ਵੀ ਰਾਤੀ ਮੇਰੀ ਖਾਬ ਚ ਆਇਆ ਸੈਂ ਅੱਜ ਛੇਤੀ ਸੌਂ ਜੀ ਮੈਂ ਫੇਰ ਆਉਣਾ ਹੀ ਅੱਜ ਮੈਂ ਸੌਣਾ ਹੀ ਨਹੀਂ ਬਲਕਿ ਮੈਂ ਅੱਜ ਰਾਤੀ ਸੌਣਾ ਹੀ ਨਹੀਂ ਹੈਗਾ ਉਹ ਰਾਤੀ ਖਾਬ ਦੇ ਵਿੱਚ ਮੇਰੀ ਇੱਕ ਪਠਾਨ ਨਾਲ ਲੜਾਈ ਹੋਈ ਸੀ ਅੱਛਾ ਅੱਜ ਉਹਨੇ ਬੰਦੇ ਲੈ ਕੇ ਆਉਣਾ ਮੈਂ ਵੀ ਜਿਹੜਾ ਉਹਨੇ ਅੱਜ ਬੰਦੇ ਲੈ ਕੇ ਆਉਣਾ ਨਾ ਇਹ ਲੜਾਈ ਨਹੀਂ ਹੋਈ ਬੜੀ ਪੀਂਗ ਲਵਾਈ ਰਹਿਣ ਦੇ ਪੀਂਗ ਪੀਂਗਾ ਤੂੰ ਤੇ ਇੱਕ ਝੂਟਾ ਨਹੀਂ ਸਹਿਣਾ ਹਾਂ ਤੂੰ ਯਾਰ ਦੀ ਨਹੀਂ ਝੂਟਾ ਨਹੀਂ ਸਹਿਣਾ ਇਹ ਬੱਟ ਇਹਨੇ ਤੇ ਪੀਂਗ ਤੋਂ ਉਤਰਨਾ ਹੋਵੇ ਜਦੋਂ ਪੀਂਗ ਦੀਆਂ ਫਟੀਆਂ ਟੁੱਟਣ ਵਾਲੀਆਂ ਹੋ ਗਈਆਂ ਉਹ ਪ੍ਰਾਣੀਆਂ ਜਿਹੜੀਆਂ ਤਲਵਾਰਾਂ ਵਾਲੀਆਂ ਫੌਜਾਂ ਨਹੀਂ ਸੀ ਹੁੰਦੀਆਂ ਉਹਨਾਂ ਨੇ ਸਿਪਾ ਸਲਾਰ ਨੇ ਇਹੋ ਜਿਹੇ ਕੱਪੜੇ ਪਾਏ ਹੁੰਦੇ ਸਨ ਅੱਛਾ ਤੈਨੂੰ ਬਾਹ ਮੇਰੀ ਬੜੀ ਪਸੰਦ ਆ ਗਈ ਲੱਲਾ ਹੈਲੋ ਚੁਗਤਾ ਮਰਾਸੀਓ ਤੂੰ ਵੀ ਤਾਂ ਮਰਾਸਣ ਏ ਚੱਲ ਤੂੰ ਕਿਹੜਾ ਥਾਈਲੈਂਡ ਦੇ ਬਾਦਸ਼ਾਹ ਦੀ ਧੀ ਏ ਬਰਫ ਕੁੱਟਣ ਡਿਆ ਸੀ ਆਇਆ ਕਰਕੇ ਇਹਦੀ ਮਾਂ ਕੋਲ ਖਲੋਤੀ ਉਹਨੂੰ ਕਹਿੰਦੀ ਵੇ ਕਾਕਾ ਤੇਰੀ ਟੂਬ ਚ ਕਿਹੜਾ ਕੁੱਤਾ ਵੜ ਗਿਆ
ਕੋ ਜਾ ਕਿਉਂ ਵੜਨੇ ਤੂੰ ਟਿਊਪਾ ਵਿੱਚ ਐ ਭਾਈ ਫੋਨ ਚੱਲਦਾ ਚੱਲਦਾ ਨਹੀਂ ਭੈਣ ਨੇ ਇੱਥੇ ਪਿਆ ਰਹਿੰਦਾ ਨਹੀਂ ਨਹੀਂ ਇਹ ਸ਼ਰੀਫ ਫੋਨ ਹੀ ਨਹੀਂ ਚੱਲਦਾ ਅੱਛਾ ਜੀ ਉਹ ਇਧਰਲਾ ਰਿਸੀਵਰ ਚੁੱਕੇ ਸਾਲਿਆ ਕਿਧਰ ਬੁਲਾਏ ਹੋਣੇ ਆ ਤੇਰਾ ਕਸੂਰ ਨਹੀਂ ਤੈਨੂੰ ਬੁੱਢੀ ਗੋਲ ਮਿਲੀ ਹੈਲੋ ਜਨਾਬ ਏਅਰਪੋਰਟ ਕੀ ਹਾਲ ਹੈ ਜੀ ਚੌਧਰੀ ਫਾਕਾ ਬੋਲ ਰਹੇ ਆ ਏਅਰਪੋਰਟ ਤੇਰਾ ਤਾਇਆ ਹਾਂਜੀ ਇਹ ਦੁਬਈ ਕਿਨੇ ਵੇ ਜਾਣਾ ਜਾ 6:30 ਤੇ ਕਰਾਚੀ 9:30 ਇਸਲਾਮਾਬਾਦ ਕਿਨੇ ਵੇ ਜਾਣਾ ਜੀ 3:30 ਹੁਣ ਇਹ ਜੀ ਜਾਣਾ ਜੂਲਾ ਨਹੀਂ ਗਾ ਮੈਂ ਜ਼ਰਾ ਕਬੂਤਰ ਛੱਡਣੇ ਹੁੰਦੇ ਲੈ ਇਸ ਕਿਸਮ ਦਾ ਦਰਵੇਸ਼ ਆਦਮੀ ਹੈ ਉਹ ਸੋਣ ਖਲੋਤੀ ਰਹਿ ਤੇਰੀ ਪਰੀ ਜਵਾਨੀ ਵੇਖ ਕੇ ਤਰਸ ਮੈਨੂੰ ਆਉਂਦਾ ਏ ਤੇਰੀ ਪਰੀ ਜਵਾਨੀ ਵੇਖ ਕੇ ਤਰਸ ਮੈਨੂੰ ਆਉਂਦਾ ਏ ਆ ਵੇਨੇ ਸਵੇਰੇ ਉੱਠ ਕੇ ਪਹਿਲੇ ਕੌਣ ਨਹਾਉਂਦਾ ਏ ਆ ਇਧਰ ਉਹ ਸੋਹਣਿਆ ਕੀ ਉਹ ਮੈਂ ਮਰ ਗਿਆ ਉਹ ਮੇਰਾ ਦਿਲ ਬੰਦ ਹੋ ਜਾਣਾ ਆ ਦੋਨੇ ਕੁੜੀਆਂ ਮੈਨੂੰ ਗਿਫਟ ਕਰ ਦਿਓ ਐ ਮੈਨੂੰ ਜਰਾ ਪੈਕ ਕਰ ਲੈਂਦੇ ਫਿਰ ਤੈਨੂੰ ਦੇ ਨਵੀਂ ਅੱਲਾ ਨੇ ਤੈਨੂੰ ਬਣਾ ਦੇਣਾ ਏ ਅੱਛਾ ਆ ਕਦੀ ਬਸ ਥੱਲੇ ਕਦੀ ਰੇੜੇ ਥੱਲੇ ਲੱਭ ਲਾਣਾ ਤਾਂ ਤੇਰੇ ਮਨਸ਼ੂਰ ਤੇ ਦੇਖੋ ਲੜਾਈ ਲੜੂਈ ਬਿਲਕੁਲ ਨੀ ਪਾਣੀ ਹਫਤੇ ਚ ਹੁੰਦੇ ਨੇ 7 ਦਿਨ 3 ਦਿਨ ਤੁਹਾਡੇ ਵੱਲ ਔਰ 3 ਦਿਨ ਤੁਹਾਡੇ ਵੱਲ ਤੇ ਮੈਂ ਜੁਮਾ ਨਾ ਪੜਨ ਜਾਵਾਂ ਹੁਣ ਐਸੀ ਕੰਮ ਚ ਬੰਦਾ ਮਰਨ ਵਾਲਾ ਹੋ ਜਾਵੇ ਤੇਰਾ ਬੰਦੋਬਸਤ ਮੈਨੂੰ ਕਰਨਾ ਪਏਗਾ ਫਾਈਨਲ ਰੱਤ ਉਹ ਮਰ ਕੇ ਹਾਏ ਮੈਂ ਲੁੱਟੀ ਗਈ ਮੈਂ ਬਰਬਾਦ ਹੋ ਗਈ ਕਿਹੜਾ ਮੈਂ ਲੁੱਟੀ ਗਈ ਓਏ ਤੇ ਪਿਛਲੇ 15 ਸਾਲ ਪੁਰਾਣੀ ਗੱਲ ਏ ਅੱਜ ਆਪਣੇ ਬੁਲਾ ਲੈ ਡਾਕਟਰ ਕੀ ਹੋਇਆ ਕਹਿ ਰੇ ਰੋਸ ਸਭ ਚੁੱਪ ਪੈ ਗਈ ਏ ਰੋਸ ਸਭ ਚੁੱਪ ਪੈ ਗਈ ਰੋਸ ਸਾਹਿਬ ਓਏ ਕੀ ਹੋਇਆ ਸਭ ਉਹ ਮਰਵਾਦੀ ਆ ਤੇਰੀ ਭੈਣ ਨੇ ਓਏ ਯਾਰ ਤੂੰ ਸਾਰੀਆਂ ਮਾਰ ਖਾਣ ਵਾਲੀਆਂ ਗੱਲਾਂ ਕਰ ਰਿਹਾ ਹੋਇਆ ਕੀ ਬਸ ਯੂੰ ਕਰਕੇ ਨਾ ਨੀਚੇ ਹੋ ਗਏ ਕੁਰਸੀ ਤੇ ਬੈਠਣੇ ਲਗਾ ਅੱਛਾ ਪਾਵਾ ਟੁੱਟ ਗਿਆ ਓਏ ਹੋਏ ਪਾਵਾ ਟੁੱਟ ਗਿਆ ਕੁਰਸੀ ਦਾ ਓ ਭਾਈ ਜੀ ਤੁਸੀਂ ਉੱਤੇ ਚਲੋ ਮੈਂ ਡਾਕਟਰ ਬੁਲਾਉਣਾ ਕੋਈ ਇਸ ਕੋ ਨਾ ਭੇਜਿਓ ਯਹੀ ਰੱਖਿਓ ਯਾਰ ਤੇਰੀ ਬੀਵੀ ਲੈ ਕੇ ਨਾ ਨਾ ਮੇਰੀ ਕੋਈ ਬੀਵੀ ਨਾ